पूछ के छोई बैठ रहे कोई वेट कर रही थी किसी की तो सारी गलबात तो है। देखो गल यार मैं 1980 च MLA पहली बार बनया और मैं 6 टर्म दा MLA हां और 6 टर्म च बंदा ग्लास हाउस च रहिंदा ओपन हुंदा सारा कुछ सो लॉ अबाइडिंग सिटीजन है। ਮੈਨੂੰ ਜੋ ਸਵਾਲ ਪੁੱਛਿਆ ਗਿਆ ਨਾ ਜਵਾਬ ਦਿੱਤਾ ਉਹਨਾਂ ਦਾ ਆਪ ਨੂੰ ਵੱਜ ਜਾਇਦਾਦ ਦੇ ਮਾਮੂ ਸਰ ਕਹਿ ਰਹੇ ਸੀ ਡਾਕੂਮੈਂਟੇਸ਼ਨਸ ਵੀ ਹੋਰ ਕੋਈ ਜਿਹੜੀ ਜੋ ਮਤਲਬ ਪੁੱਛਿਆ ਗਿਆ ਮੈਂ ਪੂਰਾ ਦੱਸਿਆ ਮੈਂ ਦੱਸਿਆ ਨਾ ਮੈਂ ਗਲਾਸ ਹਾਊਸ ਚ ਨਾ ਕੋਈ ਇਲੀਗਲ ਗੱਲ ਨਹੀਂ ਹੈਗੀ ਕੋਈ ਕਿਸੇ ਕਿਸਮ ਦਾ ਕੋਈ ਮੇਰੇ ਕੋਲ ਮਤਲਬ ਮੇਰੇ ਕੋਲ ਕੋਈ ਐਸੀ ਪ੍ਰਾਪਰਟੀ ਨਹੀਂ ਹੈ ਜਿਹਦਾ ਹਿਸਾਬ ਨਾ ਹੋਵੇ ਜਿਹੜੀ ਨਹੀਂ ਹੈ ਸਭ ਸ਼ੀਸ਼ੇ ਚ ਮੇਰੀ ਲਾਈਫ ਹੈ। ਸਰ ਇਹਨਾਂ ਦੀ ਕਾਰਵਾਈ ਹੈ ਇਹਨੂੰ ਕਿਵੇਂ ਦੇਖਦੇ ਕੋਈ ਪੋਲੀਟੀਕਲ ਮੈਂਡੇਟ ਹੈ ਤਾਂ ਇਹ ਕਿੱਥੇ ਜਾ ਰਿਹਾ ਹੈ ਦੇਖੋ ਸਾਰਾ ਕੁਝ ਪਤਾ ਕਿਵੇਂ ਹੋ ਰਿਹਾ ਹੈ ਹਾਂਜੀ ਸਭ ਨੂੰ ਪਤਾ ਵੀ ਕੀ ਹੋ ਰਿਹਾ ਸਟੇਟਸ ਕੀ ਹੋ ਰਿਹਾ ਸਰਕਾਰ ਕਿਸ ਕੰਮ ਤੇ ਲੱਗੀ ਹੋਈ ਹੈ ਡਿਵੈਲਪਮੈਂਟ ਦਾ ਨਾਂ ਨਹੀਂ ਹੈ ਕੋਈ ਹੋਰ ਕੰਮ ਨਹੀਂ ਹੋ ਰਿਹਾ ਸਰਕਾਰ ਜਿਹੜੇ ਕੰਮ ਤੇ ਲੱਗੀ ਹੋਈ ਹੈ ਤੁਹਾਡਾ ਕੀ ਖਿਆਲ ਹੈ ਵੀ ਸਰਕਾਰ ਦੀ ਪਾਪੂਲੈਰਿਟੀ ਹੋ ਰਹੀ ਹੈ ਇਹਨਾਂ ਗੱਲਾਂ ਨਾਲ ਸਰਕਾਰ ਨੂੰ ਲੋਕਾਂ ਨੇ ਇਹੋ ਜਿਹੇ ਕੰਮਾਂ ਨਾਲ ਵੋਟਾਂ ਪਾ ਦੇਣੀਆਂ ਜਿਹੜੀ ਸਰਕਾਰ ਮਤਲਬ ਮੇਰੇ ਵਰਗਾ ਜਿਹੜਾ 6 ਵਾਰ ਦਾ MLA ਹੋਵੇ ਜਿਹਨੂੰ ਲਾਅ ਅਬਾਈਡਿੰਗ ਹੋਵੇ ਜਿਹਨੇ ਲਾਅ ਮੇਕਰ ਕਹਿੰਦੇ MLA ਨੂੰ ਅਸੀਂ ਲਾਭ ਬਣਾਉਂਦੇ ਰਹੇ ਹਾਂ ਲਾ ਕਿਉਂ ਤੋੜਾਂਗੇ ਸੋ ਮੈਂ ਬੜਾ ਜੋ ਸਵਾਲ ਪੁੱਛਿਆ ਗਿਆ ਮੈਂ ਦੱਸ ਜੋ ਮੈਨੂੰ ਜਲਦੀ ਬੁਲਾਇਆ ਜਾਊਗਾ ਜਾਊਂਗਾ ਜਲਦੀ ਬੁਲਾਉਣਗੇ ਆਊਂਗਾ।